ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਪੰਜਾਬੀਆਂ ਨੂੰ, ਬੁੱਧੀਜੀਵੀਆਂ ਨੂੰ, ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ, ਪੰਜਾਬ ਹਿਤੈਸ਼ੀ ਉਹਨਾਂ ਲੋਕਾਂ ਨੂੰ, ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਤੁਸੀਂ ਸਾਰਿਆਂ ਨੇ ਜਥੇਬੰਦਕ ਹੋ ਕੇ ਜੋ ਇੱਕ ਆਵਾਜ਼ ਚੱਕੀ, ਜੋ ਪੰਜਾਬ ਵਿਰੋਧੀ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਸੀ ਕਿ 26 ਮੰਡੀ ਬੋਰਡ ਨੂੰ ਭੰਗ ਕਰਕੇ ਉਹਨਾਂ ਨੂੰ ਮਰਚ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਅਤੇ ਕਾਰਪੋਰੇਟ ਘਰਾਣਿਆਂ ਦੇ ਜੋ ਨੌ ਸੈਲੋਜ਼ ਨੂੰ ਮਨਜ਼ੂਰੀ ਦਿੱਤੀ ਗਈ ਸੀ ਕਣਕ ਦੀ ਖਰੀਦ ਵੇਚ ਦੀ ਅਤੇ ਪ੍ਰੋਸੈਸਿੰਗ ਦੀ, ਉਹ ਫੈਸਲੇ 'ਤੇ ਯੂ ਟਰਨ ਕੱਲ੍ਹ ਸਰਕਾਰ ਨੇ ਮਾਰਿਆ। ਪਹਿਲਾਂ ਵੀ ਬਹੁਤ ਸਾਰੇ ਫੈਸਲਿਆਂ 'ਤੇ ਮਾਰਿਆ, ਪਰ ਕੱਲ੍ਹ ਜਿਹੜਾ ਯੂ ਟਰਨ ਸਰਕਾਰ ਨੇ ਮਾਰਿਆ, ਇਹ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿਹੜੀ ਪ੍ਰੈਸ਼ਰ ਹੇਠ ਆ ਕੇ, ਜਾਂ ਅਸੀਂ ਕਹਿ ਸਕਦੇ ਜੋ ਆਵਾਜ਼ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਸਾਹਿਬਾਨ ਵੱਲੋਂ ਚੱਕੀ ਗਈ ਸੀ, ਅਤੇ ਬਹੁਤ ਵੱਡਾ ਇੱਕ ਵਿਰੋਧ ਖੜ੍ਹਾ ਹੋਇਆ ਸੀਗਾ, ਅਤੇ ਅੱਗੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਬਹੁਤ ਸਾਰੇ ਬਹੁਤ ਵੱਡੇ ਵਿਰੋਧ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਣਾ ਸੀਗਾ। ਉਹਨਾਂ ਸਾਰੀਆਂ ਚੀਜ਼ਾਂ ਨੂੰ ਵਾਚਦੇ ਹੋਏ ਭਗਵੰਤ ਸਿੰਘ ਮਾਨ ਵੱਲੋਂ, ਮੁੱਖ ਮੰਤਰੀ ਪੰਜਾਬ ਵੱਲੋਂ ਜੋ ਯੂ ਟਰਨ ਮਾਰਿਆ ਗਿਆ, ਉਸ ਦੇ ਉੱਪਰ ਅਸੀਂ ਦੁਬਾਰਾ ਫਿਰ ਸਾਰੀਆਂ ਹੀ ਜਥੇਬੰਦੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ। ਪਰ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਵੇਸਲੇ ਨਾ ਹੋਇਓ, ਇਹ ਸਰਕਾਰਾਂ ਕਿਸੇ ਦੀਆਂ ਸਕੀਆਂ ਨਹੀਂ ਹੈਗੀਆਂ। ਇਹ ਸਰਕਾਰਾਂ ਜੇ ਅੱਗੇ ਅਸੀਂ 3 ਕਾਲੇ ਕਾਨੂੰਨਾਂ ਦੇ ਦਿੱਲੀ ਲੜੇ ਹਾਂ, ਅਤੇ ਉਹਦੇ ਵਿੱਚੋਂ ਹੀ ਇੱਕ ਕਾਲਾ ਕਾਨੂੰਨ ਇਹ ਵੀ ਸੀਗਾ। ਪਿਛਲੇ ਸਾਲ ਜਨਵਰੀ ਦੇ ਵਿੱਚ ਜੋ ਸਮਝੌਤਾ ਹੋਇਆ ਹੈ, ਜਿਸ ਦੇ ਨਾਲ 26 ਹੋਰ ਸੈਲੋਜ਼ ਪੰਜਾਬ ਦੇ ਅੰਦਰ, ਚਾਹੇ ਉਹ ਫਾਜ਼ਿਲਕਾ ਫਿਰੋਜ਼ਪੁਰ ਦਾ ਏਰੀਆ ਹੋਵੇ ਜਾਂ ਮਾਲਵੇ ਦੇ ਬਹੁਤ ਸਾਰੇ ਇਲਾਕੇ ਇੱਦਾਂ ਦੇ ਹੈਗੇ ਜਿੱਥੇ ਸੈਲੋਜ਼ ਬਣਨ ਦੀ ਤਿਆਰੀ ਹੋ ਰਹੀ ਹੈ, ਜ਼ਮੀਨਾਂ ਅਕਵਾਇਰ ਕਰ ਲਈਆਂ ਗਈਆਂ ਨੇ। ਸੋ ਅਸੀਂ ਅਵੇਸਲੇ ਨਹੀਂ ਹੋਣਾ, ਅਸੀਂ ਅਵੇਸਲੇ ਨਹੀਂ ਹੋਣਾ ਕਿ ਸਰਕਾਰ ਯੂ ਟਰਨ ਮਾਰ ਗਈ ਹੈ, ਸਰਕਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿਸੇ ਨਾ ਕਿਸੇ ਕੋਝੀਆਂ ਚਾਲਾਂ ਦੇ ਨਾਲ ਦੁਬਾਰਾ ਫਿਰ ਕੋਸ਼ਿਸ਼ ਕਰੂਗੀ। ਅਸੀਂ ਅਵੇਸਲੇ ਨਹੀਂ ਹੋਣਾ, ਅਤੇ ਬਿਲਕੁਲ ਆਪਣੇ ਕੰਨ, ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਣੀਆਂ ਨੇ, ਅਤੇ ਆਪਣੇ ਆਲੇ ਦੁਆਲੇ ਨਿਗਾਹ ਰੱਖਣੀ ਹੈ ਕਿ ਸਾਡੇ ਜਿਹੜੇ ਕਿਸਾਨ ਵੀਰ ਨੇ, ਉਹ 10-20 ਰੁਪਈਏ ਜਾਂ 50 ਰੁਪਏ ਦੇ ਲਾਲਚ ਦੇ ਵਿੱਚ ਆ ਕੇ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਸੈਲੋਜ਼ ਦੇ ਬਾਹਰ ਟਰਾਲੀਆਂ ਲੈ ਕੇ ਨਾ ਜਾਣ। ਅਸੀਂ ਆਪਣੇ ਵੀਰਾਂ ਨੂੰ, ਅਸੀਂ ਆਪਣੀ ਭਾਈਚਾਰਕ ਸਾਂਝ ਵੀ ਕਾਇਮ ਰੱਖਣੀ ਆ, ਅਤੇ ਅਸੀਂ ਆਪਣੇ ਵੀਰਾਂ ਨੂੰ ਬਹੁਤ ਹੀ ਨਿਮਰਤਾ ਦੇ ਨਾਲ ਇਸ ਚੀਜ਼ਾਂ ਸਮਝਾਉਣੀਆਂ ਨੇ ਕਿ ਪੰਜਾਬ ਨੂੰ ਇਹ ਸਰਕਾਰਾਂ ਜਿਹੜੀਆਂ, ਚਾਹੇ ਉਹ ਸੈਂਟਰ ਦੇ ਇਸ਼ਾਰੇ ਦੇ ਉੱਤੇ ਪੰਜਾਬ ਸਰਕਾਰ ਬਰਬਾਦੀ ਵਾਲੇ ਪਾਸੇ ਲੈ ਕੇ ਜਾ ਰਹੀ ਆ। ਸੋ ਅਸੀਂ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕਾਨੂੰਨ, ਜਿਹੜਾ ਕਾਲਾ ਕਾਨੂੰਨ ਪੰਜਾਬ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀਗਾ, ਉਹਦੇ ਉੱਪਰ ਯੂ ਟਰਨ ਮਾਰਿਆ ਹੈ ਸਰਕਾਰ ਨੇ, ਅਤੇ ਤੁਸੀਂ ਸਾਰਿਆਂ ਨੇ ਜਥੇਬੰਦਕ ਹੋ ਕੇ ਆਵਾਜ਼ ਚੱਕੀ ਹੈ। ਇਸ ਤਰ੍ਹਾਂ ਇਕੱਠੇ ਰਹੋ, ਜਥੇਬੰਦਕ ਰਹੋ, ਜਿੱਤ ਹਮੇਸ਼ਾ ਲੜਦੇ ਲੋਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।